ਚੌਧਰੀ ਸਾਹਿਬ ਦੀ ਹਵੇਲੀ ਹੈ ਜੀ। ਚੌਧਰੀ ਸਾਹਿਬ ਨੇ ਦੋ ਸ਼ਾਦੀਆਂ ਕੀਤੀਆਂ, ਚੌਧਰਾਣੀ ਜਿਹੜੀ ਹੈ ਉਹਨੇ ਦੋ ਸ਼ਾਦੀਆਂ ਕੀਤੀਆਂ, ਇੱਕ ਬਾਅਦ 'ਚ ਉਹਨੇ ਚੌਧਰੀ ਕੀਤਾ ਜਿਹੜਾ ਰਾਮਥਰੂ ਚੌਧਰੀ। ਅਤੇ ਆਓ ਵੇਹਨੇ ਹਾਂ ਉਹ ਕਿੰਜ ਰਾਮਥਰੂ ਚੌਧਰੀ। ਜਾ ਲਿਆ ਬਈ ਓਏ ਅਜਮਲ, ਅਜਮਲ ਵੀ ਬੜਾ ਹੀ ਬਦਤਮੀ, ਅਜਮਲ ਵੀ ਬਹੁਤ ਬਦਤਮੀ ਹੋਣਾ। ਅਜਮਲ ਚਾਹ ਲੈ ਆਓ। ਜਾਨ ਦੇ ਸਕਦੀ ਆ, ਜਾਨ ਤੇ ਤੂੰ ਦੇਣੀ ਥੱਲੇ ਉਤਰ। ਮੈਂ ਯਾਦਗਾਰ ਵਾਲਾ ਵਾਕਿਆ ਦੁਬਾਰਾ ਵੇਖਣਾ ਚਾਹੁੰਦਾ। ਮੈਂ ਵੀ ਚਾਹੁੰਦਾ ਲੋਕੀ ਮੈਨੂੰ ਰੈਂਬੋ ਰੈਂਬੋ ਕਹਿਣ। ਜਾਨ ਤੁਸੀਂ ਮੇਰੇ ਨਾਲ ਇਹ ਕਰਵਾਓ ਦੇ, ਤੂੰ ਵਾਕਈ ਮੇਰੇ ਨਾਲ ਪਿਆਰ ਕਰ, ਬਹੁਤ ਜ਼ਿਆਦਾ ਕਰ। ਝੂਠ ਨਾ ਬੋਲੀ ਰੀ ਜ਼ਕਾ ਲੈ ਅੱਡੇ ਦੇ, ਸੱਚੀ ਮੈਂ ਬਹੁਤ ਜ਼ਿਆਦਾ ਕਰਨੀ ਆ। ਵੇਖ ਲਈ ਕੀ ਵੇਖਾ, ਮੇਰੇ ਕੋਲ ਕੱਖ ਨਹੀਂ ਹੋਇਆ ਤੇ ਕੁਛ ਵੀ ਨਾ ਹੋਵੇ ਤੇ ਫੇਰ ਟਕਾ ਵੀ ਨਹੀਂ ਹੈ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਸੱਚੀ ਗੱਲ ਸੱਚੀ ਮੰਨ ਜਾਏਗੀ? ਸੱਚੀ ਮੁੱਚੀ ਮੈਂ ਤੁਹਾਨੂੰ ਪਿਆਰ ਕਰਨਾ। ਚੱਲ ਸੋ ਕੇ ਤਾਂ ਲੰਮੀ ਪਾਓ ਹੈ, ਕਿਹੋ ਜਿਹਾ ਪਿਆਰ ਹੈ ਜਾਨ। ਮੇਰੇ ਨਾਲ ਜਿਹੜੀ ਵੀ ਕੁੜੀ ਪਿਆਰ ਕਰੇ ਮੈਂ ਪਹਿਲੇ ਉਹਦਾ ਅਲਟਰਾਸਾਊਂਡ ਕਰਨਾ ਕਿ ਇਹਦੇ ਦਿਲ 'ਚ ਕੀ ਹੈ। ਜਾਨ ਵੈਸੇ ਤੁਸੀਂ ਮੈਨੂੰ ਚਾਹ ਪਿਆ ਸਕਦੇ ਹੋ, ਤੁਸੀਂ ਮੈਨੂੰ ਹੋਰ ਕੋਈ ਚੀਜ਼ ਖਵਾ ਸਕਦੇ ਹੋ। ਦੇਖੋ ਖਾਣ ਪੀਣ ਤੋਂ ਇਲਾਵਾ ਤੁਹਾਡੇ 'ਚ ਮੁਹੱਬਤ ਨਹੀਂ ਹੈ, ਚਾਹ ਮੰਗ ਲਈ ਹੋਰ ਕੁਛ ਹੈ ਮੰਗ ਲਈ, ਝੂਠੀਆਂ ਤੁਸੀਂ ਭਾਜੀ। ਸਿਰਫ ਪਿਆਰ ਕਰਦੀ ਹੈ ਤੇ ਮਾਂ ਪਿਓ ਦੀ ਜ਼ਾਤ, ਬਾਕੀ ਸਭ ਝੂਠ। ਇਹਨਾਂ ਦੀ ਭੈਣ ਨੂੰ ਇਹ ਤਾਂ ਕਹਿੰਦੀਆਂ ਛੀਦਿਆ ਤੂੰ ਮਰ ਗਿਆ ਮੀਦਿਆ ਤੂੰ ਆ ਜਾ, ਆ ਨਾ ਜਾਈ ਬੈਠਾ ਰਹੀ। ਉਹ ਜੀ ਗੱਲ ਕੀਤੀ ਮਤਲਬ ਸੀਰੀਅਸ ਹੋ ਜਾਵੇ ਜਾਨ। ਹਾਂ ਤੁਹਾਡੀਆਂ ਅੱਖਾਂ ਬੜੀਆਂ ਪਿਆਰੀਆਂ ਨੇ, ਤੁਹਾਡੀਆਂ ਵੀ ਅੱਖਾਂ ਬਹੁਤ ਪਿਆਰੀਆਂ, ਮੈਨੂੰ ਦੇ ਦਿਓ ਮੈਂ ਆਪਣੇ ਕੱਟੇ ਨੂੰ ਲਵਾਵਾਂਗਾ। ਜਾਨ ਤੂੰ ਵਾਕਈ ਮੇਰੇ ਨਾਲ ਮੁਹੱਬਤ ਕਰਨੀ? ਹਾਂ ਤੇ ਕਰਨੀ ਆ ਨਾ। ਮੈਂ ਤੈਨੂੰ ਅੱਜ ਉਹ ਵਹਾਣਾ ਚਾਹਨਾ ਜਿਹੜਾ ਇੱਕ ਮਰਦ ਸਾਰੀ ਜ਼ਿੰਦਗੀ ਕਿਸੇ ਔਰਤ ਨੂੰ ਨਹੀਂ ਵਹਾਣਾ। ਹਾਏ ਲਓ ਕੀ ਇੱਧਰ ਵੇਖੋ ਜਾਨ, ਕਿਉਂ ਜਿਹਾ ਮਜ਼ਾਕ ਹੈ? ਮੈਂ ਤੁਹਾਨੂੰ ਸੱਚ ਕਹਿ ਰਿਹਾ, ਵਾਕਈ ਮੇਰੇ ਨਾਲ ਪਿਆਰ ਕਰ। ਤੁਸੀਂ ਬਹੁਤ ਫਨੀ ਹੋ। ਫਨੀ ਤੇ ਗਈ ਆ ਤੇ ਫਨੀ ਤੇ ਕਰਨਾ, ਤੂੰ ਹਾਲੇ ਮੇਰਾ ਫਨ ਵੇਖਿਆ ਕਦੇ? ਇੱਥੇ ਮਾੜੀ ਮਾੜੀ ਸੱਟ ਲੱਗਦੀ ਉੱਥੇ ਰੌਲਾ ਨਹੀਂ ਪਾਉਂਦੀਆਂ, ਜਿੱਥੇ ਟੀਚਰ ਕੋ ਮਾਰ ਪੈ ਰਹੀ ਹੋਵੇ ਸਕੂਲੇ। ਤੁਹਾਡੀ ਭੈਣ ਨੂੰ ਅੱਗੋਂ ਹੱਸ ਕੇ ਕੰਮ ਮੁਕਾ ਦਿੰਦੀ। ਤੁਸੀਂ ਹੱਸਦੇ ਬੜੇ ਪਿਆਰੇ ਲੱਗਦੇ ਹੋ। ਉਹ ਕਿਉਂ ਝੂਠ ਬੋਲੀ ਜਾਨੀ? ਕਿਉਂ ਮੈਂ ਤੇ ਸਾ ਤੇ ਇੰਜ ਲੱਗਦਾ ਚਿੱਬੜ ਪਾਟਾ ਹੈ, ਸਾਲੀਏ ਪੇਟ ਦੀ ਖਾਤਰ ਕਿਹੜੇ ਕਿਹੜੇ ਝੂਠ ਬੋਲ ਦਿੰਦੇ। ਮੈਂ ਵੀ ਤੈਨੂੰ ਜਿਹੜਾ ਸੋਹਣਾ ਕਹਿਣ ਡਿਆ ਮੈਨੂੰ ਬਾਅਦ ਚੋਂ ਲਾਹਨਤ ਪੈਣੀ ਹੈ। ਤੇਰੇ ਵਾਲ ਕਿੰਨੇ ਖੂਬਸੂਰਤ ਨੇ। ਬਸ ਤੂੰ ਹਾਲੇ ਸਾਰੇ ਵੇਖੇ ਹੀ ਨਹੀਂ, ਮੈਂ ਤੇ ਬੜੇ ਬੜੇ ਪਫ ਰੱਖੇ ਸਨ। ਅੱਛਾ ਉਹ ਤਾਂ ਫਿਰ ਇੱਕ ਦਿਨ ਸਾਈਕਲ 'ਚ ਆਇਆ ਤੇ ਮੈਂ ਘਟਾਏ ਨੇ। ਭਾਜੀ ਹੱਸਦੇ ਹੋ ਸਾਨੂੰ ਛੇੜਨ ਦੇ, ਨਾ ਮੂੰਹ ਨੰਨਾ ਸਾ ਨਾ ਮੀਆਂ ਬਖਾਸਾ। ਆਪਣੀ
ਤਕਲੀਫ ਕਰ ਰਹੇ ਹੋ। ਤੇ ਤੂੰ ਅਗਰ ਮੇਰੇ ਨਾਲ ਪਿਆਰ ਕਰੇ, ਮੈਂ ਗਰੀਬ ਆਦਮੀ ਆ, ਮੈਨੂੰ ਘਰ ਮਕਾਨ ਗੱਡੀ ਲੈ ਦੇ। ਜੇ ਮੇਰੇ ਕੋਲ ਹੋਈ ਤੇ ਲੈ ਦੇਵਾਂਗੀ। ਨਹੀਂ ਤੂੰ ਮਿਹਨਤ ਕਰੀ ਨਾ, ਜਿੱਥੇ ਜਿੱਥੇ ਮੈਂ ਤੈਨੂੰ ਕਵਾਂਗਾ ਤੂੰ ਜਾਈ ਜਾਈ। ਹੈ ਜਾਣੋ ਕਿ ਕੰਮ ਸਾਰਾ ਤੁਹਾਡਾ ਹੈ ਨਾ, ਤੁਸੀਂ ਮਿਹਨਤ ਕਰੋ, ਮਿਹਨਤ ਕਰਕੇ ਮੈਨੂੰ ਖਵਾਓ। ਤੇ ਮੈਂ ਮਿਹਨਤ ਕਰਕੇ ਬੰਦੇ ਨਹੀਂ ਲੱਭਣੇ? ਹੈ ਇਹੋ ਜਿਹਾ ਪਿਆਰ ਏ? ਇਹ ਪਿਆਰ ਰਹਿ ਗਿਆ? ਪਿਆਰ ਤੇ ਹੁੰਦਾ ਸੀ ਸੱਸੀ ਪੁੰਨੂ ਦਾ, ਹੀਰ ਰਾਂਝੇ ਦਾ, ਲੈਲਾ ਮਜਨੂ ਦਾ। ਸਿਰਫ ਇੱਕ ਵਿੱਚ ਮਿਰਜ਼ਾ ਹੀ ਸੀ ਜਿਹਨੇ ਜ਼ੈਕਾ ਲਿਆ ਸੀ, ਬਾਕੀ ਤੇ ਸੈਕ ਸੈਕ ਕੇ ਫੌਤ ਹੋਏ ਨੇ। ਮੇਰੇ ਮਰੇ ਦਾ ਮੂੰਹ ਵੇਖੇ ਜਾਨ। ਚਲੋ ਮੈਂ ਬੇਗਮ ਸਾਹਿਬਾ ਨੂੰ ਲੈ ਕੇ ਦੇ ਦੇਵਾਂਗੀ, ਮੈਂ ਤੇ ਆਪ ਇੱਥੇ ਕੰਮ ਕਰਨ ਵਾਸਤੇ ਆਈ ਆ। ਮੈਨੂੰ ਪੈਸੇ ਦੀ ਜ਼ਰੂਰਤ ਏ, ਮੈਨੂੰ 10,000 ਰੁਪਇਆ ਚਾਹੀਦਾ। ਅਗਰ ਤੁਸੀਂ ਮੇਰੀ ਮੈਨੂੰ 10,000 ਰੁਪਇਆ ਦੇ। ਉਹ ਪੁੱਛ ਦਰਵੇਸ਼ਾ ਕਰਨਾ ਕੀ? ਕੀ ਕਰਨਾ? ਖੁਸਰਾ ਮੰਗਾਣਾ। ਪਤਾ ਕੀ ਕਰੀਦਾ। ਅੱਛਾ ਮੇਰੀ ਗੱਲ ਸੁਣੋ, ਬੇਗਮ ਸਾਹਿਬਾ ਦਾ ਕੋਲ ਮੈਂ ਲੈ ਕੇ ਤੁਹਾਨੂੰ ਦੇ ਦੇਵਾਂਗੀ, ਮੈਨੂੰ ਤਾਂ ਅਜੇ ਆਪਣੀ ਤਨਖਾਹ ਨਹੀਂ ਮਿਲੀ। ਤੁਸੀਂ ਕਿੰਨੀਆਂ ਭੈਣਾਂ? ਅਸੀਂ 2। ਤੇ ਦੂਸਰੀ ਪੜ੍ਹਦੀ ਹੈ ਕਿ ਉਹ ਵੀ ਇਸੇ ਕੰਮ 'ਚ? ਕੀ ਮਤਲਬ ਹੈ ਤੁਹਾਡਾ? ਦੂਸਰੀ ਪੜ੍ਹਦੀ ਹੈ ਕਿ ਉਹ ਵੀ ਇਸੇ ਕੰਮ 'ਚ? ਪੜ੍ਹਦੀ ਹੈ। ਕੀ ਪੜ੍ਹਦੀ? ਹਾਂ ਕਾਲਜ ਜਾਂਦੀ ਹੈ। ਕਿਹੜੇ? ਡਾਂਸ ਕਾਲਜ? ਵੇਖੋ ਹਾਂ ਤੁਹਾਡੀ ਭੈਣ, ਤੁਸੀਂ ਬੜੀਆਂ ਲਿਖੀਆਂ ਹੁੰਦੀਆਂ, ਕਿਤੇ ਨਰਸਾਂ ਲੱਗੀਆਂ ਹੁੰਦੀਆਂ। ਅੱਛਾ। ਮਰੀਜ਼ਾਂ ਦਾ ਫਰੂਟ ਖਾਂਦੀਆਂ ਤੇ ਕੁਝ ਬਚਦਾ ਵੀ ਹੈ ਕਿ ਐਵੇਂ ਹੱਡੀਆਂ ਚੜਾ ਕੇ ਟੁੱਟ ਜਾਂਦੀਆਂ ਜਾਨ? ਤੇ ਜਦੋਂ ਤੁਸੀਂ ਇਹ ਸਟੈਪ ਲੈਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ? ਇਹ ਜਿੱਦਣ ਕਿਤੇ ਤੁਹਾਡੀ ਢਿੱਡ ਖਰਾਬ ਹੋ ਜਾਣਾ ਤੇ ਕੋਈ ਫਰੰਟ ਵਾਲਾ ਭਰਿਆ ਹੋਊਗਾ ਜਾਨ, ਵੈਸੇ ਤੁਹਾਨੂੰ ਸ਼ਰਮ ਆ ਰਹੀ? ਮੈਂ ਤਾਂ ਸਿਰਫ ਸਟੈਪ ਦੱਸਿਆ। ਡਾਲੋ ਮੂੰਹ ਖੋਲੋ, ਆਜ ਮੇਰੀ ਖਾਤਰ ਤੁਮ ਮਿੱਠਾ ਲੋਗੀ। ਇਹਦੇ ਮੂੰਹ ਚ ਪਾਈਏ ਤੇ ਚੀਕ ਤੇਰੀ ਨਿਕਲਦੀ। ਮੇਰੇ ਮੂੰਹ ਚ ਪੈਣ ਲੱਗਾ ਅੱਲਾ ਦੀ ਕਸਮ ਤੂੰ ਖਾ ਲਈਏ ਭਾਵੇਂ ਡਰਾਮਾ ਵੇਖ ਲਈ, ਤੋ ਬਸ ਤਕਬਾਰ ਕਰੋ ਕੰਜਰੋ, ਐਵੇਂ ਕਿਸਮਾਂ ਖਾਈ ਜਾਂਦੇ ਹੋ। ਤੇਰੇ ਮੁਖੜੇ ਤੇ ਕਾਲਾ ਕਾਲਾ ਖੁੰਡ ਵੇ ਵੇ ਮੁੰਡਿਆ ਸਿਆਲ ਕੋਟੀਆ ਜ਼ਿੰਦਗੀ
ਸਾਰੀ ਰਾਤ ਸਰਾਣੇ ਦੀ ਭੈਣ ਕੱਢੀ ਰੱਖੀ।